ਬਾਰੇ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਦੀ ਚਰਚਾ ਇਸ ਵੇਲੇ ਹਰ ਸੋਸ਼ਲ ਮੀਡੀਆ ਸਾਈਟ 'ਤੇ ਹੈ। ਸੋਸ਼ਲ ਮੀਡੀਆ ਅਗਰ ਤੁਸੀਂ ਓਪਨ ਕਰੋਗੇ ਤਾਂ ਹਰ ਪਾਸੇ ਤੁਹਾਨੂੰ ਉਹੀ ਚਿਹਰਾ ਨਜ਼ਰ ਆਵੇਗਾ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਸਿੱਧੂ ਮੂਸੇਵਾਲਾ ਦੀ। ਸਿੱਧੂ ਮੂਸੇਵਾਲਾ 'ਤੇ ਯੂਟਿਊਬ 'ਤੇ ਅੱਜ ਰੂਲ ਕਰ ਰਹੇ ਨੇ। ਸਿੱਧੂ ਮੂਸੇਵਾਲਾ ਦੀ ਇੱਕ ਇਨਫੋਰਮੇਸ਼ਨ ਰੀਸੈਂਟਲੀ ਯੂਟਿਊਬ 'ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਉਹ ਇਕੱਠੇ 47 ਗਾਣੇ ਲੈ ਕੇ ਹਾਜ਼ਰ ਹੋਣ ਵਾਲੇ ਨੇ ਆਪਣੀ ਇੱਕ ਨਵੀਂ ਐਲਬਮ ਦੇ ਰਾਹੀਂ, ਜਿਸ ਐਲਬਮ ਦਾ ਟਾਈਟਲ ਹੋਣ ਵਾਲਾ ਹੈ ਮਾਫੀਆ 47। ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਇੱਕ ਰਿਕਾਰਡ ਕਾਇਮ ਕਰਨ ਜਾ ਰਹੇ ਨੇ 47 ਗਾਣਿਆਂ ਨੂੰ ਰਿਲੀਜ਼ ਕਰਕੇ। ਹੁਣ ਸਾਨੂੰ ਇਹ ਨਹੀਂ ਪਤਾ ਕਿ ਇਹ ਗੱਲ ਸੱਚੀ ਹੈ ਜਾਂ ਫਿਰ ਇਹ ਕੋਈ ਅਫਵਾਹ ਹੈ। ਇਹ ਤਾਂ ਸਾਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਸਿੱਧੂ ਮੂਸੇਵਾਲਾ ਵੱਲੋਂ ਇਸ ਗੱਲ ਦੀ ਕੋਈ ਅਫੀਸ਼ੀਅਲ ਅਨਾਊਂਸਮੈਂਟ ਸਾਡੇ ਨਾਲ ਕੀਤੀ ਜਾਵੇਗੀ। ਬਾਕੀ ਇਸ ਅਨਾਊਂਸਮੈਂਟ ਨੂੰ ਸੁਣਨ ਤੋਂ ਬਾਅਦ, ਚਾਹੇ ਅਨਾਊਂਸਮੈਂਟ ਝੂਠੀ ਹੈ ਚਾਹੇ ਸੱਚੀ, ਸਾਨੂੰ ਸਾਰਿਆਂ ਨੂੰ ਬੇਹੱਦ ਹੀ ਖੁਸ਼ੀ ਹੋਈ ਸੀ ਕਿ ਸਾਨੂੰ ਸਿੱਧੂ ਮੂਸੇਵਾਲੇ ਦੇ ਇਕੱਠੇ 47 ਗਾਣੇ ਸੁਣਨ ਨੂੰ ਮਿਲਣਗੇ, ਕਿਉਂਕਿ ਅਸੀਂ ਸਾਰੇ ਹੀ ਸਿੱਧੂ ਮੂਸੇਵਾਲਾ ਦੇ ਹਰ ਇੱਕ ਪ੍ਰੋਜੈਕਟ ਦੀ ਅਤੇ ਹਰ ਗਾਣੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਾਂ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਚਾਹੇ ਇਹ 47 ਗਾਣੇ ਆਉਣ ਨਾ ਆਉਣ, ਉਹ ਇਸ ਸਾਲ ਵਿੱਚ ਸਾਨੂੰ ਆਪਣੇ ਸੁਪਰ ਡੁਪਰ ਹਿੱਟ ਗਾਣੇ ਦੇ ਨਾਲ ਬੇਹੱਦ ਖੁਸ਼ ਕਰਨਗੇ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਰੀਸੈਂਟਲੀ ਉਹਨਾਂ ਵੱਲੋਂ ਰਿਲੀਜ਼ ਕੀਤਾ ਗਿਆ ਗਾਣਾ ਤਾਰੇ, ਜੋ ਕਿ ਕਾਫੀ ਸੁਪਰ ਹਿੱਟ ਗਿਆ ਵਾ। ਇਸ ਗਾਣੇ ਨੇ ਹੁਣ ਤੱਕ ਯੂਟਿਊਬ 'ਤੇ 11 million ਪਲੱਸ ਵਿਊਜ਼ ਵੀ ਕਲੈਕਟ ਕਰ ਲਏ ਨੇ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਿੱਧੂ ਮੂਸੇਵਾਲਾ ਸਿਰਫ ਪੰਜਾਬ ਵਿੱਚ ਨਹੀਂ ਬਲਕਿ ਇੰਟਰਨੈਸ਼ਨਲੀ ਵੀ ਫੇਮਸ ਨੇ। ਅਤੇ ਉੱਥੇ ਹੀ ਕੁਝ ਫੈਨਸ ਉਹਨਾਂ ਦੇ ਇੰਨੇ ਜ਼ਿਆਦਾ ਕੱਟੜ ਫੈਨ ਨੇ ਕਿ ਉਹ ਸਿੱਧੂ ਮੂਸੇਵਾਲੇ ਦੀਆਂ ਪਿਕਚਰਸ ਵੀ ਆਪਣੀ ਬਾਡੀ ਉੱਪਰ ਬਣਵਾ ਰਹੇ ਨੇ। ਜੀ ਹਾਂ, ਇਸੇ ਦੀ ਇੱਕ ਐਗਜ਼ਾਮਪਲ ਉਹਨਾਂ ਵੱਲੋਂ ਸਾਡੇ ਨਾਲ ਸ਼ੇਅਰ ਕੀਤੀ ਗਈ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਰਾਹੀਂ। ਆਓ ਤੁਸੀਂ ਚੈੱਕ ਕਰੋ ਇਸ ਵੀਡੀਓ ਨੂੰ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਅਜਿਹੀਆਂ ਅਤੇ ਇੰਟਰਸਟਿੰਗ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com। ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰੋਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।